اندر ورجے اندر ورجے اندر ورجے یار تک چلا
جے کوئی میرا ورگی مستانڑی ہے تو بے دیا تاراں تے نچی ہے او سامنے سردار کھڑا ہے اونوں ویکھ کے بابا دیپ سنگھ چیتے ہوندا ہے او وی نچیا ہے او برکھنڈے دی تار تے نچیا ہے نچدے سارے ہی بابا نچنا کیوں نہیں نچنا چاہیدا ہے هني من نچنا 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 Oh.
Rock.
Oh,
رہے ہو بہت بہت آدر ستکار تو رہا سارے آدھا جی آئے نو آجو اوترو سنیہا آگیا کہ میں نال دی نالو گیت بھی سنا دے ہو مرنا لتھنے ایسے رنگ چڑھا دن کے بیبا نا جائیں مستانے میں لنے مستانے میں لنے کے بیبا آجو لونے بابے آجو لونے اب مائک مرمہ آتا ہوں جی مائے ہو سکتا میں بھی کھڑے ہوں وہاں گاؤں کوئی ہو جانے اس کر کے جی کوئی پراؤنا گاؤنا آگیا تھا وہ انہوں اپنا اٹینڈ کرنا سوڑے طریقے بھی برادر ڈانٹ بری مجانے لائے اور جی میں کہیں دے نا بھی ویڈیو بنا دیں آگے ہندو بھی تم سکھ بھی تم مسلم بھی تم عیسائی بھی تم میں بھی تم تم بھی تم سب کچھ تم اور تا ہو رہا ہاں مووی والا بھی تم اے لائٹاں والا بھی تم گاؤں والا بھی تم گواؤں والا بھی تم سننے والا بھی تم سناؤں والا بھی تم کھان والا بھی تم کھواؤں والا بھی تم ہسن والا بھی تم ہساؤں والا بھی تم رون والا بھی تم رواؤں والا بھی تم تڑکا یار وجا دے تے مستی میں روح اللہ او کسے مسلمان ویر پہنو مسید دیتی کہ بیٹھ سکول آترا ہوا جکے ہونا تار جوڑن دی بجائے تقرار ہی ہوئی ہمیں کادی زبان دی کر لائے اس کر کے میں سکھنے کر رہے ہیں پر میں تو مندر ہوں جو کوئی پرابلم نہیں ہے جی میں کہ سکھنے کر رہے جانتے ہیں میری دادی میں چھوٹے ہیں میں نے گردوارے لے کے جانتے سی بڑے ہوئے پتا لگیا کہ مندر بھی ہوتا ہے وہ تے پنڈت جی ہے وہ ہری اوم نمو نارائن بولتے ہیں تو پرابلم کی ہے میں بھی بولتا پھر ہری اوم نمو نارائن ہری اوم ایک چیز ہے جڑی کرن والی ہے ساڈے
ਮੈਂ ਸਿੱਖ ਇੱਕ ਹਿੰਦੂ ਹੈ ਅਸੀਂ ਦੋਨੇ ਦੋਸਤ ਹੈ ਮੈਂ ਇਹਦੇ ਨਾਲ ਮੰਦਿਰ ਚ ਜਾਵਾਂ ਇਹ ਮੇਰੇ ਨਾਲ ਗੁਰਦੁਆਰੇ ਜਾਵੇ ਜਦੋਂ ਇਹ ਮੇਰੇ ਨਾਲ ਗੁਰਦੁਆਰੇ ਜਾਵੇ ਇਹਨੂੰ ਪਤਾ ਹੋਵੇ ਕਿ ਗੁਰਦੁਆਰੇ ਜਾ ਕੇ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਕਿਉਂਕਿ ਉੱਥੇ ਪਖੰਡ ਵੀ ਹੈ ਮੈਂ ਇਹਦੇ ਨਾਲ ਮੰਦਿਰ ਚ ਜਾਵਾਂ ਮੈਨੂੰ ਪਤਾ ਹੋਵੇ ਗੁਰੂ ਨੇ ਕੀ ਸਿਖਾਇਆ ਮੈਂ ਇੱਥੇ ਕੀ ਕਰਨਾ ਕੀ ਨਹੀਂ ਕਰਨਾ ਕਿਉਂਕਿ ਪਖੰਡ ਉੱਥੇ ਵੀ ਹੈ ਇਹ ਸਭ ਥੋੜੀ ਜਿਹੀ ਕੌੜੀ ਲੱਗੂਗੀ ਪਰ ਇਹ ਸੱਚ ਹੈ ਕਿਉਂਕਿ ਮੰਦਿਰ ਚ ਵੀ ਬਹੁਤ ਚੰਗੀਆਂ ਚੀਜ਼ਾਂ ਨੇ ਗੁਰਦੁਆਰੇ ਚ ਵੀ ਚੰਗੀਆਂ ਚੀਜ਼ਾਂ ਨੇ ਪਖੰਡ ਮੰਦਿਰ ਚ ਵੀ ਹੈ ਪਖੰਡ ਗੁਰਦੁਆਰੇ ਚ ਵੀ ਹੈ ਹੁਣ ਇਹ ਸਾਡੀ ਮੈਂਟੈਲਿਟੀ ਹੈ ਵੀ ਅਸੀਂ ਕੀ ਲੈਣਾ ਹੈ ਹਰ ਕੋਲ ਮੈਂ ਮੰਦਿਰ ਆਇਆ ਮੈਂ ਸ਼ੰਕਰ ਜੀ ਦੀ ਮੂਰਤੀ ਵੇਖੀ ਮੰਨ ਲਓ ਮੈਂ ਮੰਦਿਰ ਚ ਆਇਆ ਸ਼ੰਕਰ ਜੀ ਦੀ ਮੂਰਤੀ ਦੇਖੀ ਹੁਣ ਸਿੱਖ ਨੇ ਮੰਦਿਰ ਚੋਂ ਸਿੱਖਣਾ ਹੈ ਕੁਛ ਕੀ ਸਿੱਖੂਗਾ ਮੈਂ ਮੂਰਤੀ ਨੂੰ ਧਿਆਨ ਨਾਲ ਦੇਖੂੰਗਾ ਮੈਨੂੰ ਸ਼ੰਕਰ ਜੀ ਦਾ ਮੋਢੇ ਤੇ ਨਾਲ ਦੇਖੂ ਮੈਂ ਉੱਥੋਂ ਇਹ ਗੱਲ ਸਿੱਖੂਗਾ ਕਿ ਫਕੀਰ ਇਹ ਗੁਰੂ ਇਹ ਕਹਿੰਦਾ ਵੀ ਮੌਤ ਤੇਰੇ ਮੋਢੇ ਤੇ ਖੜੀ ਹੈ ਕਿਸੇ ਵੇਲੇ ਵੀ ਡੰਗ ਵੱਜ ਸਕਦਾ ਹੈ ਸ਼ੰਕਰ ਜੀ ਦੇ ਪਿੰਡੇ ਤੇ ਮਲੀ ਰਾਖ ਮੈਨੂੰ ਇਹ ਕਹਿੰਦੀ ਹੈ ਪੁੱਤ ਇਹਨੂੰ ਬਾਲਾ ਸ਼ਿੰਗਾਰੀ ਨਾ ਇੱਕ ਦਿਨ ਰਾਖ ਦੀ ਮੁੱਠੀ ਹੈ ਸਿੱਖ ਲਿਆ ਇੰਨੀ ਗੇਮ ਹੈ ਜੇ ਗੁਰੂ ਨਾਨਕ ਦਾ ਪੁੱਤ ਹੈ ਨਾ ਜੇ ਗੁਰੂ ਨਾਨਕ ਦੀ ਧੀ ਹੈ ਤਾਂ ਫਿਰ ਇਹ ਜਿਹੜੇ ਡਿਫਰੈਂਸ ਜੇ ਪਾ ਰੱਖੇ ਹੈ ਇਹਨਾਂ ਨੂੰ ਚਲਾ ਕੇ ਮਾਰੋ ਕੀ ਫਰਕ ਪੈਂਦਾ ਬਾਬਾ ਸਿੱਖ ਹੈ ਕਿ ਹਿੰਦੂ ਹੈ ਕਿ ਮੁਸਲਮਾਨ ਹੈ ਉਹ ਇਨਸਾਨ ਹੈ ਰੱਬ ਦਾ ਬਣਾਇਆ ਬੰਦਾ ਹੈ ਲੁੱਟ ਲਾ ਕੇ ਲਈ ਹੈ ਰੁਸਿਆ ਮਨ ਜੇ ਯਾਰ ਰੁਸਿਆ ਮਨ ਜੇ ਯਾਰ ਤੇ ਰੌਲਾ ਮੁੱਕ ਜਾਂਦਾ ਜਦ ਅੰਦਰੋਂ ਜੁੜ ਜਾਂਦਾ ਤੇ ਰੌਲਾ ਮੁੱਕ ਜਾਂਦਾ ਅੰਦਰੋਂ ਜੁੜ ਜਾਂਦਾ ਤੇ ਰੌਲਾ ਮੁੱਕ ਜਾਂਦਾ
Thank you.
تینوں تاں گلاں ہون گئیاں یار جائی لئی بیٹھا گل تاں انہاں دی ہے
ਦੇਖੀ ਕਿਹੜਾ ਪ੍ਰਾਹਣਾ ਬਣੇ ਬੈਠਿਆ ਜੰਗਲ ਆ ਕੇ ਇਹ ਤਾਂ ਉਹ ਗੱਲ ਆ ਵੀ ਤੈਨੂੰ ਭੋਰਾ ਦਰਸ ਲਾਇਆ ਵੇ ਢਿੱਡੋਂ ਨਿਕਲਿਆ ਸੀ ਨੰਗਿਆ ਸੀ ਇੰਨੇ ਕੁ ਸੀ ਔਰ ਜਿੱਦਾਂ ਜਾਵਾਂਗੇ ਉਦੇ ਵੀ ਨੰਗੇ ਇੱਥੋਂ ਕਿਹੜੇ ਕੱਪੜੇ ਪਾ ਕੇ ਲੈ ਜਾਣਗੇ ਜਦੋਂ ਉੱਥੇ ਕੰਮ ਕੀਤਾ ਤਾਂ ਨੰਗੇ ਹੀ ਹੈ ਮੇਰੀ ਮਾਂ ਕਹਿੰਦੀ ਸਾਰੀ ਦੁਨੀਆ ਇੱਕ ਟ੍ਰੇਨ 'ਚ ਸਫ਼ਰ ਕਰ ਰਹੀ ਹੈ ਸਾਰੀ ਦੁਨੀਆ ਇੱਕ ਟ੍ਰੇਨ 'ਚ ਸਫ਼ਰ ਕਰ ਰਹੀ ਹੈ ਜਿਹੜਾ ਜਿੱਥੇ ਜਿੱਥੇ ਸਟੇਸ਼ਨ ਆ ਰਿਹਾ ਉਹ ਸਵਾਰੀ ਉੱਥੇ ਉਤਰ ਰਹੀ ਹੈ ਮੈਂ ਕਿਹਾ ਹਾਂ ਮਾਂ ਸੱਚ ਹੈ ਕਹਿੰਦੀ ਸੁਣ ਜਿਸ ਦਿਨ ਸਵਾਰੀ ਟ੍ਰੇਨ 'ਚ ਚੜ੍ਹੀ ਸੀ ਉਦੋਂ ਵੀ ਕਿਸੇ ਦੇ ਵੀ ਨਾਲ ਨਹੀਂ ਜਾਣਾ ਚੱਲ ਮੈਨੂੰ ਕੀ ਖਸਮਾਂ ਨੂੰ ਖਾਵੇ ਸਭ ਤੋਂ
ترجمة
ਤਾਂ ਮੈਨੂੰ ਤੰਗ ਕਰਦੇ ਨੇ ਪੰਜੇ ਚੋਰ ਲੁਟੇਰੇ ਚਾਰ ਮਾਰ ਲੈ ਇੱਕ ਸੋਹਣਿਆ ਨਾਲ ਪਾ ਲਿਆ ਵੇ ਤੇਰੇ ਚਾਰ ਮਾਰ ਲੈ ਇੱਕ ਸੋਹਣਿਆ ਨਾਲ ਪਾ ਲਿਆ ਤੇਰੇ ਪੰਜਵਾਂ ਮੋਹ ਮੈਂ ਮਰਨ ਨਹੀਂ ਦੇਣਾ ਪੰਜਵਾਂ ਮੋਹ ਮੈਂ ਮਰਨ ਨਹੀਂ ਦੇਣਾ ਉੱਚ ਮੈਂ ਚੁਸਤ ਬਥੇਰੀ ਆਖਰ ਚੋਕੀ ਹੋ ਜਾਵੇ ਮੈਂ ਨੌਕਰ ਦਾਤੀ ਦਾ ਨੌਕਰੀ ਕਰਦਾ ਸ਼ਾਮ ਸਵੇਰੇ ਮੈਂ ਨੌਕਰ ਦਾਤੀ ਦਾ ਨੌਕਰੀ ਕਰਦਾ ਸ਼ਾਮ ਸਵੇਰੇ ਮੈਂ ਨੌਕਰ ਦਾਤੀ ਨੌਕਰੀ ਕਰਦਾ ਸ਼ਾਮ ਸਵੇਰੇ ਹੋ ਮਾਂ ਮੇਰਾ ਵਾਲੀ ਨੇ ਮਾਂ ਮੇਰਾ ਵਾਲੀ ਨੇ ਸੱਚੀ ਭਾਗ ਮਨਾ ਦੇ ਮੇਰੇ ਹਾਂ ਮੇਰੇ ਦਾਤੀ ਦਾ ਨੌਕਰੀ ਕਰਦਾ ਸ਼ਾਮ ਸਵੇਰੇ ਮੈਂ ਨੌਕਰ ਦਾਤੀ ਦਾ ਨੌਕਰੀ ਕਰਦਾ ਸ਼ਾਮ ਸਵੇਰੇ ਮੈਂ ਨੌਕਰ ਦਾਤੀ ਦਾ ਨੌਕਰੀ ਕਰਦਾ ਸ਼ਾਮ ਸਵੇਰੇ ਮੈਂ ਨੌਕਰ ਦਾਤੀ ਦਾ ਨੌਕਰੀ ਕਰਦਾ ਸ਼ਾਮ ਸਵੇਰੇ ਹੋ ਮਾਂ ਮੇਰਾ ਵਾਲੀ ਨੇ ਹੋ ਮੇਰਾ ਵਾਲੀ ਨੇ ਹੋ ਮਾਂ ਜੋਤਾ ਵਾਲੀ ਨੇ ਮਾਂ ਸੱਚੀ ਭਾਗ ਬਣਾ ਦੇ ਮੇਰੇ ਹਾਂ ਮੇਰੇ ਹਾਂ ਮੇਰੇ ਮੈਂ ਨੌਕਰੀ ਦਾਤੀ ਦਾ ਨੌਕਰੀ ਕਰਦਾ ਸ਼ਾਮ ਸੋ